ਪਾਣੀ ਨਾ ਪਾ, ਇਹ ਗਰਮ ਸ਼ਰਦ ਹੋ ਜਾਣਾ। ਅੱਜ ਤਾਂ ਕੰਮੇ ਤੇ ਰੱਖ ਕੇ ਬਣਾ ਲਈ ਜਾ, ਇਹ ਵੀ ਗਰਮ ਹੋ ਜਾਂਦੀ। ਮੱਠੀਆਂ ਬਣਾ ਦੇਣਾ, ਗੁਜਰਨ ਜੀ ਲੱਗਦੀਆਂ। ਚੁੰਨੀ ਤਾਂ ਐ ਲੈ ਲਈ, ਜਿਵੇਂ ਮਖਿਆਲ ਚੋਣ ਲੱਗਣਾ ਹੁੰਦਾ। ਆ ਮੱਝ ਲਿਆ ਰੇ, ਚੋਣੀ ਨੀ ਬਾਸਤਾ ਨੀ। ਕੁਛ ਬਣਾ ਲੋ ਅੱਜ, ਪਨੀਰ ਟਿੱਕਾ। ਇੱਥੇ ਬਾਰਬੀਕਿਊ ਹੈ ਨੀਗਾ, ਉਹ ਲੈ ਕੇ ਆਉਣਾ ਪੈਣਾ ਪਹਿਲਾਂ। ਚੱਲੇ ਤੇ ਮੱਚ ਜੂ ਸਾਰਾ। ਅੱਜ ਤਾਂ ਕੰਮੇ ਤੇ ਰੱਖ ਕੇ ਬਣਾ ਲਈਏ ਜਾ, ਇਹ ਵੀ ਗਰਮ ਹੋ ਜਾਂਦੀ। ਪਨੀਰ ਟਿੱਕਾ ਤੁਹਾਨੂੰ ਖਵਾਊ ਬਣਾ ਕੇ ਇੱਕ ਦਿਨ ਮੈਂ। ਉਹ ਆਪਾਂ ਸਮਾਨ ਲਿਆਈਏ ਪਹਿਲਾਂ ਉਹਦੇ ਵਾਲਾ। ਅੱਜ ਤਾਂ ਕੰਮੇ ਬਣਾਊ ਕੁੱਖ ਖਵਾ ਕੇ। ਐ ਕੰਮੇ ਦਾ ਪੋਜ ਹੀ ਬਾਹਲਾ ਸੋਹਣਾ ਅੱਜ। ਸਬਜ਼ੀ ਤਾਂ ਨੀ ਲੈਣੀ, ਉਹ ਸਾਗ ਤਾਂ ਹੈਗਾ ਅੱਜ। ਲੈ ਸਾਗ ਲੈ ਲਿਆ ਨੇ ਅੱਜ ਮੰਮੀ ਨੇ। ਦੁਪਹਿਰੋਂ ਤਾਂ ਬਣਾਓ ਕੁਛ ਖਾਣ ਨੂੰ। ਟਿੱਕੀਆਂ ਬਣਾ ਲਓ ਅੱਜ। ਆਹੋ ਤੂੰ ਹੀ ਬਣਾਉਣੀਆਂ ਬ੍ਰੈਡਾਂ ਨੂੰ। ਬ੍ਰੈਡਾਂ ਨੂੰ ਨਾਲੀ ਚ ਪੈਰ ਪਾ ਲੈਂਦੀ ਸੀ। ਪੱਠੇ ਵੀ ਲੈ ਕੇ ਆਉਂਦੀਆਂ ਨੇ ਭੈਣੇ ਤੁਸੀਂ? ਮੇਰੀ ਆਹ ਦੇ ਹਜੇ ਵੀ ਨਿਸ਼ਾਨ ਆ ਮੇਰੇ ਤਾੜੀ ਤੇ, ਆਹ ਦੇ ਆਹ ਦੇ ਪੈਰ ਦੇ ਦਾ ਸੀਗਾ ਵਿੱਚ ਮੇਰਾ ਤਾਂ ਉਹਨੇ ਆਹ ਦੇ। ਸਾਈਕਲ ਭਜਾਈ ਆਵੇ ਉੱਥੇ, ਉਧਰੋਂ ਆ ਗਈ ਬੱਸ ਆ ਛੱਪੜੀ ਤੇ। ਮੈਂ ਬੈਠਾ ਮੂਹਰੇ ਆਏ ਡੰਡਿਆਂ ਦੇ ਵਿੱਚ ਪੈਰ ਦੇਈ ਆਏ, ਜਦੋਂ ਇਹਨੇ ਸਾਹਿਬ ਬੱਸ ਦੇਖੀ ਇਹਦਾ ਹੱਫੜ ਗਈ, ਹੱਫੜ ਕੇ ਮੇਰਾ ਮੂਹਰਲੇ ਚੱਕੇ ਜਿਹਨੇ ਪੈਰ ਦਿੱਤਾ ਆਹ ਦੇ। ਆਹ ਮੱਝ ਲਿਆ ਰੇ, ਚੋਣੀ ਨੀ ਬਾਸਤਾ ਨੀ। ਲਿਆਉਣੀ ਨੀ ਮੱਝ, ਚੋਣ ਕੀ ਨੇ ਆਹੋ ਮੈਨੂੰ ਪਤਾ। ਹਾਂ ਹੁਣ ਨੀ ਚੋਈ ਜਾਣੀਆਂ, ਹੁਣ ਨੀ ਚੋਈਆਂ ਜਾਣੀਆਂ। ਪਹਿਲਾਂ ਵਾਲੀਆਂ ਗੱਲਾਂ ਗਈਆਂ, ਹੁਣ ਆਪਾਂ ਫਾਰਮ ਪਾਵਾਂਗੇ 10 ਸਾਲਾਂ ਨੂੰ। ਕੋਈ ਕਦੇ ਨੀ ਜਾਂਦੀ। ਹਾਂ ਹਜੇ ਆਪਾਂ ਪੈਸੇ ਕਮਾ ਕੇ ਆਪਾਂ ਇੱਧਰ ਮੁੜ ਆਵਾਂਗੇ, ਫਿਰ ਇੱਧਰ ਆ ਕੇ ਆਪਾਂ ਫਾਰਮ ਖੋਲਾਂਗੇ ਮੱਝਾਂ ਦਾ ਗਾਈਆਂ ਦਾ। ਕਿਤੇ ਨੀ ਜਾਣ ਦਿੰਦੇ ਤੈਨੂੰ। ਕੀ ਬਣਾ ਕੇ ਖਵਾਉਂਗੀਆਂ ਅੱਜ? ਹੈ ਆਲੂ ਵਾਲੇ ਕੀ ਬ੍ਰੈਡਾਂ ਵਾਲੇ? ਆਲੂ ਵਾਲੇ ਆ। ਸਮੈਲ ਕਿਹੋ ਜਿਹੀ ਆਉਂਦੀ ਆਲੂਆਂ ਦੀ? ਦੇਖ ਲੋ, ਮੈਨੂੰ ਲੱਗਦਾ ਨੀ ਪੋਲੇ ਤਾਂ ਹੋਏ ਪਏ ਆ। ਪਾਣੀ ਨਾ ਪਾ, ਇਹ ਗਰਮ ਸ਼ਰਦ ਹੋ ਜਾਣਗੇ। ਸਭ ਤੋਂ ਪਹਿਲਾਂ ਲੈਣੇ ਆ ਆਪਾਂ ਆਲੂ 1.5 ਕਿਲੋ, ਫਿਰ ਪਾਉਣਾ 2.25 ਕਿਲੋ ਪਾਣੀ ਕੁੱਕਰ 'ਚ, ਫਿਰ 2.25 ਘੰਟੇ ਨੂੰ ਲਵਾਉਣਾ ਗੈਸ 'ਤੇ ਸੇਕ। ਜਦੋਂ ਸੇਕ ਲੱਗਣ ਤੋਂ ਬਾਅਦ
ਹੱਥਾਂ ਦੇ ਉੱਤੇ ਨਾ ਦਸਤਾਨੇ ਚਾੜੀਦੇ ਹੁੰਦੇ ਆ ਜਿਹੜੇ ਜੀਮਸ ਹੁੰਦੇ ਆ ਨਾ ਆਪਣੇ ਹੱਥਾਂ ਦੇ ਕੀਟਾਣੂ ਉਹ ਵਿੱਚ ਜਾ ਡੰਦੇ ਆ ਇਹਦੇ। ਕੀਟਾਣੂ ਹੁੰਦੇ ਆ ਆਪਣੇ ਹੱਥਾਂ ਚ ਮੈਂ ਤੁਹਾਨੂੰ ਬਾਹਰਲੀ ਸਿੱਖਿਆ ਹੀ ਦਿੰਦਾ। ਹਾਂ ਹਾਂ ਭਾਈਆਂ ਨੂੰ ਕਿਹਾ ਕਰੋ ਵੀ ਦਸਤਾਨੇ ਚਾੜ ਕੇ ਦੇ। ਭਾਈ ਕਿਵੇਂ ਲੜ ਪੈਂਦੇ ਹੋਰ ਰੇੜੀ ਤੇ ਜਾ ਵੜੋ। ਇੱਕ ਆਪਣੇ ਆਪਣੇ ਪੰਜਾਬੀਆਂ ਦੀਆਂ ਰੇੜੀਆਂ ਤੇ ਜਾਇਆ ਕਰੋ। ਤੁਸੀਂ ਜਾਣਾ ਹੀ ਭਈਆਂ ਦੀਆਂ ਰੇੜੀਆਂ ਤੇ ਗੰਦ ਮੰਦੀ ਖਵਾਉਣਾ ਉਹਨਾਂ ਨੇ। ਹਾਂ ਲੂਣ ਮਿਰਚ ਅੱਜ ਸਹੀ ਆ ਜਮਾਂ ਸਹੀ ਲੂਣ ਮਿਰਚ ਆ। ਮੰਮੀ ਕਰੰਟ ਆ ਗਿਆ ਸੀ ਉਹ ਬ੍ਰੈਡ ਹੋਰ ਕੰਪਨੀ ਲਿਆਂਦੇ ਆ ਬਰਾਊਨ ਬ੍ਰੈਡ ਲੈ ਕੇ ਆਉਣੇ ਸੀਗੇ ਪੂਰੇ ਪੂਰੇ ਬ੍ਰੈਡ ਹੁੰਦੇ ਆ ਇੱਕ ਆਉਂਦੇ ਆ ਆਉਂਦੇ ਆ ਯਾਰ ਲੈ ਕੇ ਨਹੀਂ ਆਈ ਤੂੰ ਕਹਿਣਾ ਸੀ ਉਹਨੂੰ ਤੂੰ ਕਹਿ ਬਰਾਊਨ ਉਹਨੂੰ ਕਹਿਣਾ ਸੀ ਤੂੰ ਕਹਿ ਬਰਾਊਨ ਬ੍ਰੈਡ ਦੇ ਮੈਨੂੰ ਭੂਰੇ ਕਹਿ ਦੇਣਾ ਸੀ ਫਿਰ ਮੰਮੀ ਤੈਨੂੰ ਦਸਤਾਨੇ ਲਿਆ ਕੇ ਦਿੰਦਾ ਚਾੜ ਦਸਤਾਨੇ ਲਿਆਵਾਂ ਚਾੜ ਲਾ ਮੰਨ ਲਾ ਉਹ ਦੇਖ ਮੰਮੀ ਦੇਖ ਚਾਰ ਟਿੱਕੀਆਂ ਬਣਾਉਣੀਆਂ ਪੰਜ ਬੰਦੇ ਲਾਏ ਪਿਆ ਬਣਾਉਣ ਨੂੰ ਪਹਿਲਾਂ ਇਹ ਲਾਮਾ ਤੋਂ ਲਾਉਣਾ ਹੈ ਬ੍ਰੈਡ ਫਿਰ ਆਹ ਕੀ ਬਣਾਈ ਜਾਣੀ ਆ ਇਹਨੂੰ ਦਊ ਹੀ ਨਾ ਯਾਰ ਮੱਤਾਂ ਦੇਣ ਲੱਗ ਜਾਂਦੀ ਆ ਕੇ ਦੂਜੇ ਪਿੰਡੋਂ ਆਹ ਮੰਮੀ ਮੱਖੀਆਂ ਹੀ ਆਈ ਜਾਣੀਆਂ ਥੱਲੇ ਪਾਣੀ ਡੋਲੀ ਜਾਣੀ ਆ ਯਾਰ ਇੱਥੇ ਮੱਛਰਦਾਨੀ ਲਾਓ ਰਸੋਈ ਚ ਰਸੋਈ ਚ ਮੱਛਰਦਾਨੀ ਲਾਓ ਤੁਸੀਂ ਜੈਮਸ ਵਾਲੇ ਖਾਂਦੇ ਹੋ ਕਟਾਣੇ ਇੱਥੇ ਨਾ ਆਪਾਂ ਗੇਟਾਂ ਦੇ ਵਿੱਚ ਮੱਛਰਦਾਨੀ ਲਾ ਦੇਣੀ ਆ ਜਿਹੜੀਆਂ ਮੱਖੀਆਂ ਮੁੱਖੀਆਂ ਆਉਂਦੀਆਂ ਫਿਰਦੀਆਂ ਜਮਾ ਹੀ ਉੱਥੇ ਮੱਖੀ ਦੇਖੀ ਤੂੰ ਵੀ ਕਿੰਨੇਰੀ ਗਈਆਂ ਕੀੜੀਆਂ ਤਾਂ ਹੈਗੀਆਂ ਮੱਖੀਆਂ ਨੀ ਹੈਗੀਆਂ ਆਹ ਬ੍ਰੈਡ ਦੇ ਉੱਤੋਂ ਇਹਦਾ ਛਿਲਕਾ ਜਿਹਾ ਲਾ ਦੇਣਾ ਸਾਈਡ ਵਾਲਾ ਹੈ ਖੀਰ ਬਣਾਵਾਂਗੇ ਟਿੱਕੀ। ਆਲੂ ਕਿੰਨੇ ਗ੍ਰਾਮ ਪਾਉਣੇ ਆ ਇੱਕ ਬ੍ਰੈਡ ਚ ਹਿਸਾਬ ਰੱਖਿਆ ਕਰ ਨਾ ਮਿਣਕੀ ਚੀਜ਼ ਬਣਾਈ ਦੀ ਹੁੰਦੀ ਆ ਉਨੀ ਉਨੀ ਆ ਜਾਂਦੀ ਆ ਬੰਦੇ ਨੂੰ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਇਹ ਰੋਟੀਆਂ ਪੁੱਛਣ ਲੱਗ ਜਾਂਦੀ ਕਿੰਨੀਆਂ ਖਾਓਗੇ ਜੀ ਉਹ ਕਹਿੰਦਾ ਪਹਿਲਾਂ ਲਾ ਤਾਂ ਪੁੱਛਣ ਲੱਗ ਜਾਂਦੀ ਆ ਪਹਿਲਾਂ ਹੀ ਨਹੀਂ ਹੁਣ ਰੋਟੀਆਂ ਲਾਉਂਦੇ ਤਾਂ ਸਾਰੇ ਪੁੱਛ ਕੇ ਹੀ ਆ ਨਹੀਂ ਵਾਧੂ ਪਈਆਂ ਰਹਿੰਦੀਆਂ ਉਹ ਵੀ ਫਿਰ
ਜਦੋਂ ਅੰਨ ਦੀ ਬੇਕਦਰ ਵੀ ਹੁੰਦੀ ਆ ਕਿੱਥੇ ਉਨੀ ਉਨੀ ਪੁੱਛ ਕੇ ਲਾਓ ਅਗਲਾ ਉਨੀ ਉਨੀ ਖਾ ਕੇ ਆਉਂਦਾ ਆ ਮੰਮੀ ਨੂੰ ਤਾਂ 40 ਸਾਲ ਹੋ ਗਏ ਇਹਨੂੰ ਤਾਂ ਹਜੇ ਪੁੱਛ ਕੇ ਲਾਉਂਦੀ ਆ ਕਿੰਨੀਆਂ ਲਾਵਾਂ ਪਰਾਂ ਤਾਂ ਐਂ ਚੱਕ ਲਈ ਜਿਵੇਂ 5 ਕਿਲੋ ਬ੍ਰੈਡ ਹੁੰਦੇ ਆ ਟਿੱਕੀਆਂ ਬਣਾਉਣੀਆਂ ਇਹਦੀਆਂ ਇਹ ਕੀ ਕਰਿਆ ਚੋਂ ਇਹਦੀ ਬ੍ਰੈਡ ਭੋਰਤੀ ਤੇਲ ਗਰਮ ਕਰੋ ਗਰਾ ਤੇਲ ਬਾਬਾ ਪਾ ਲਈ ਮੰਮੀ ਉਹ ਸਰੋਂ ਦਾ ਪਾ ਮੰਮੀ ਸਰੋਂ ਦਾ ਤੇਲ ਪਾ ਰਿਫਾਇੰਡ ਤਾਂ ਨਿਰੀ ਬਿਮਾਰੀ ਆ ਰਿਫਾਇੰਡ ਨੀ ਫਾਇਦਾ ਹੁੰਦਾ ਸਰੋਂ ਦਾ ਤੇਲ ਹੀ ਪਾ ਤੂੰ ਰਿਫਾਇੰਡ ਤਾਂ ਨਿਰੀ ਬਿਮਾਰੀ ਆ ਇਹਨੂੰ ਕੀ ਪਤਾ ਦੂਜੇ ਪਿੰਡ ਵਾਲੀ ਨੂੰ ਇਹਦੇ ਬਾਲਾਂ ਤੇ ਮਹਿੰਦੀ ਲਿਆ ਕੇ ਲਾਈਏ ਯਾਰ ਇੱਥੇ ਪਹਿਲਾਂ ਤੂੰ ਬਣਾ ਭੈਣੇ ਤੂੰ ਬਣਾ ਉਹਨੂੰ ਨੀ ਆਉਂਦੀ ਉਹਨੂੰ ਬਣਾਉਣ ਨੀ ਆਉਂਦੀ ਲਾ ਇਹ ਤਾਂ ਜਿਵੇਂ ਮੱਠੀ ਬਣਾਉਂਦੀ ਹੁੰਦੀ ਐਂ ਕਰਦਾ ਲਾ ਤੂੰ ਤਾਂ ਕੰਮ ਆਇਆ ਕਿਉਂ ਇੱਧਰ ਤਾਂ ਮੱਠੀਆਂ ਬਣਾ ਦੇਣਾ ਫਰਕ ਹੁੰਦਾ ਫਿਰ ਤਜਰਬਾ ਵੱਡਾ ਉਮਰਾਂ ਦਾ ਫਰਕ ਹੀ ਹੁੰਦਾ ਵਾ ਹੁਣ ਆ ਮੰਮੀ ਦੇ ਲੈ ਗੈਸ ਕੱਲਾ ਹੀ ਛੱਡ ਕੇ ਤੁਰ ਗਈ ਨਾ ਵਿੱਚ ਇਹਦੇ ਪਾਇਆ ਕੁਛ ਹਾਂ ਮੈਂ ਕਦੋਂ ਗਿਆ ਕੱਲ ਜਿਮ ਮੈਂ ਨੀ ਅੱਛਾ ਕੱਲ ਜੰਮ ਕੇ ਦੇਖੀ ਉਹਨੇ ਕਹਿਣਾ ਹਾਏ ਨੀ ਹਿੱਪ ਕੇ ਸਾਰਾ ਹੀ ਪਾਤਾ ਦੇਖੀ ਜਾਏ ਥੋੜਾ ਪਾਉਣਾ ਸੀ ਮੈਂ ਤਾਂ ਥੋੜੇ ਚ ਬਣਾ ਲੈਣੀਆਂ ਸੀ ਤੇਲ ਘੱਟ ਖਾਂਦਾ ਫਿਰ ਤੂੰ ਆਪ ਹੀ ਤਾਂ ਕਹੀ ਜਾਂਦੀ ਅਸੀਂ ਤਾਂ ਕੁਛ ਵੀ ਨੀ ਬੋਲੇ ਪਾਣੀ ਦਾ ਗਲਾਸ ਕੋਲ ਰੱਖ ਲਾ ਖੁੜਗੇ ਚਾਂਪ ਜਿਹੀ ਚ ਖਾਂਦੀ ਹੁੰਦੀ ਆ ਉਹ ਜੀ ਹੁੰਦੀ ਆ ਉਹ ਬਣਦੀ ਪਤਾ ਨੀ ਕਾਹਦੇ ਨਾਲ ਉਹ ਨਾ ਖਾਇਆ ਕਰ ਭਈਆਂ ਵਾਲੀ ਉਹ ਤਾਂ ਲੈਦ ਕੇ ਬਣਾਉਂਦੇ ਆ ਪੈਰਾਂ ਨਾਲ ਸੱਚੀ ਮਜ਼ਾਕ ਨੀ ਵੀਡੀਓ ਦੇਖਿਆ ਕਰੋ ਖਾਂਦੀ ਤਾਂ ਹੁਣ ਵੀ ਆ ਡੇਟ ਵੱਧ ਗਿਆ ਸੀ ਗੰਦ ਮੰਦ ਖਵਾਉਣ ਆ ਸਾਰਾ ਤੇਲ ਪਾਤਾ ਇਹਨੇ ਬੋਤਲ ਪਹਿਲੀ ਵਾਰੀ ਕਿਹਾ ਤੂੰ ਕੋਈ ਨੀ ਦੇਖੀ ਮੰਮੀ ਮੈਨੂੰ ਕਹੀ ਜਾਂਦੀ ਜੇ ਤੂੰ ਹੈ ਨੀ ਸੀ ਤੇ ਆਉਂਦੀ ਨੀ ਸੀ ਮੰਮੀ ਮੈਨੂੰ ਕਹੀ ਜਾਂਦੀ ਲੈ ਮੈਂ ਇੰਨੇ ਗੇੜੇ ਮਾਰ ਚਲੀ ਆ ਮੰਮੀ ਦੱਸੀ ਵੱਟ ਮੈਂ ਆਈ ਆ 3-4 ਗੇੜੇ ਲਾ ਗਈ ਆ ਚੌਥਾ ਗੇੜਾ ਮੇਰਾ ਆ ਕੰਮੇ ਕਹਿੰਦੀ ਜਦੋਂ ਤੜਕਾ ਲਾਉਣਾ ਵਾ ਪਾਣੀ ਦਾ ਗਲਾਸ ਰੱਖਿਆ ਕਰੋ ਕੋਲੇ ਲੈ ਲੈ ਚੱਕ ਕਿਉਂ ਫੇਰ ਕੀ ਹੋ ਜਾਂਦਾ ਹਾਂ ਰੱਖ ਲਾ ਇਹ ਕਾਹਤੋਂ ਰੱਖਦੇ ਆ ਮੈਨੂੰ ਦੱਸ ਵੀ ਇਹਦੀ ਹਾਂ ਹੋਰ ਕਿਵੇਂ ਹੁੰਦਾ ਰੱਖ ਲੋ ਬਈ ਜਿਵੇਂ ਕੰਮੇ ਕਹਿੰਦੀ ਉਵੇਂ ਕਰੋ ਉਹ ਜੇਠਾ ਤਾਂ ਉਧਰ ਭੱਜ ਗਿਆ ਚੱਲ ਫਿਰ ਤੂੰ ਉਧਰ ਹੀ ਚੱਲ ਵੜ ਮੰਮੀ ਬਣਾ ਕੇ ਲਿਆਉਣੇ ਆ ਤੇਲ ਹੋ ਗਿਆ ਗਰਮ ਮਾਰਦਾ ਛਣ ਛਣ ਬਾਲੇ ਦੇਖੀਏ ਮਚਾਣੇ ਸਾਰੇ ਮਚੋਗੇ ਨਹੀਂ ਮਚਦੇ
ਮੈਂ ਤਾਂ ਦੇਖਦਾ ਹੀ ਤੇਲ ਤੱਤਾ ਹੋ ਗਿਆ, ਉਹ ਤਾਂ ਗਿਆ ਦੇ ਪੜਾਕੇ ਪਾਈ ਜਾਂਦਾ ਉਹ ਤਾਂ। ਕਦੇ ਕਹਿ ਦਿੰਦੇ ਆ ਪਾਣੀ ਗੋਲੇ ਰੱਖੋ, ਮੈਂ ਕਿਹਾ ਦੇਖਦਾ ਸੀ ਵੀ ਗਰਮ ਹੋ ਗਿਆ ਪਾਣੀ, ਤੇਲ ਗਰਮ ਹੋ ਗਿਆ, ਮੈਂ ਦੇਖਦਾ ਸੀ। ਮੈਨੂੰ ਤਾਂ ਆਈ ਜਾਂਦੀ ਹੈ, ਆਈ ਜਾਂਦੀ ਹੈ ਨਾ ਤੇਲ, ਉਹ ਮਾੜਾ ਜਿਹਾ ਇੱਥੋਂ ਭੁਰ ਕੇ ਸੈੱਟ ਹੋਰ ਵੱਧ ਗਰਮ ਹੋ ਜਾਏ। ਉੱਤੇ ਨਾ ਚਿੱਟਾ ਚਿੱਟਾ ਪਾ ਦੀ, ਐ ਛਾਣ ਨੀ ਮਾਰਦੀ। ਚੱਕੂ ਬਈ ਟਿੱਕੀਆਂ ਹੋ ਗਈਆਂ ਤਿਆਰ, ਜਿਹਨੇ ਖਾਣੀਆਂ ਆਜੋ। ਉਹ ਤੂੰ ਕਹਿੰਦੀ ਤੇਲ ਘੱਟ ਖਾਓ, ਤੇਲ ਤਾਂ ਖਾ ਗਿਆ ਇਹ ਬਾਹਮਣਾ ਬਾਹਣਾ, ਹੁਣ ਰਿਫਾਇੰਡ ਜੀ ਚੱਕੀ ਫਿਰਦੀ ਹੈ। ਗੀਤ ਗਾਉਣ ਲੱਗਣਾ ਹੁਣ, ਕਦੋਂ ਗਾਏਗੀ? ਆ ਟਿੱਕੀਆਂ ਤੇਰੀਆਂ ਦਾ ਬਣਦਾ ਤੂੰ ਨੀ ਖਾਣੀਆਂ, ਬਣਦਾ ਤੇਰੀਆਂ ਫੇਰ ਹੱਥਾਂ ਨੇ ਭਜਾਏਗੀ। ਵਾਹ ਬਈ ਵਾਹ, ਕਿਆ ਬਾਤਾਂ, ਅੱਜ ਸਵਾਦ ਬਣਿਆ, ਸਾਹ ਵੀ ਲੈ ਲਾ, ਸਾਹ ਵੀ ਲੈ ਲਿਆ ਕਰ, ਲੱਗੀ ਪਈ ਆ ਸਾਹ ਲੈ ਲਾ। ਹੁਣ ਸਵਾਦ ਬਣ ਗਿਆ ਟਿੱਕੀਆਂ ਹਨਾ, ਆਹ ਗੁੱਜਰਨ ਜੀ ਲੱਗਦੀਆਂ। ਦਰਦ ਮੈਂ ਤੈਨੂੰ ਪਹਿਲਾਂ ਕਿਹਾ ਵੀ ਘੱਟ ਖਾ ਭਾਈ, ਹੁਣ ਤੂੰ ਆਥਣੇ ਸਾਨੂੰ ਭਜਾਏਗੀ, ਮੈਨੂੰ ਇੰਨਾ ਪਤਾ। ਚੁੰਨੀ ਤਾਂ ਐ ਲੈ ਲਈ ਜੇ ਮਖਿਆਲ ਚੋਣ ਲੱਗਣਾ ਹੁੰਦਾ। ਡੈਡੀ ਨੂੰ ਦੇ ਪਕੌੜੇ, ਬ੍ਰੈਡ ਪਕੌੜੇ। ਚਟਣੀ ਵੱਧ ਖਾ ਗਈ, ਹੁਣ ਕਹਿੰਦੀ ਮੇਰਾ ਢਿੱਡ ਦੁਖੀ ਜਾਂਦਾ ਲੈ। ਮੈਂ ਕਿਹਾ ਪਹਿਲਾਂ ਹੀ ਬਲਦੇਵ ਦੇ ਆਇਆ ਮੂਹਰੇ ਰਾਤ ਆਉਂਦੀ ਆ, ਸਹੀ ਗੱਲ ਆ, ਬਾਅਦ ਚੋਂ ਢਿੱਡ ਫੜ ਲੈਣਾ ਇਹਨੇ, ਅੱਜ ਨੀ ਅੱਜ ਨੀ ਫੜਦੀ, ਕੱਲ ਨੂੰ ਫੜੂ। ਅੱਜ ਤਾਂ ਪਤਾ ਵੀ ਜੇ ਅੱਜ ਫੜ ਲੈਂਦੇ ਨੇ ਕਹਿਣਾ ਮੈਨੂੰ ਗਾਂਹ ਨੂੰ ਖਾਣ ਨੀ ਦੇਣਾ। ਕੱਲ ਬਾਹਰ ਨਿਕਲ ਕੇ ਬਹਿੰਦੇ ਆ, ਹਵਾ ਤਾਂ ਲੱਗਦੀ ਆ ਪੂਰਾ।